ਯੋਗ ਜਿਹੜਾ ਪਾਣੀ ਆ ਉਹ ਮਿਲ ਸਕੇਗਾ। ਸੋ ਉਹਦੇ ਨਾਲ ਅੱਜ ਅਸੀਂ ਸਵੇਰੇ ਸਾਡੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸਾਡੇ ਸਰਦਾਰ ਫਤਿਹ ਜੰਗ ਸਿੰਘ ਬਾਜਵਾ ਜੀ ਸਾਰਿਆਂ ਨੇ, ਅਸੀਂ ਅਚਲੇਸ਼ਵਰ ਧਾਮ ਵੀ ਜਾ ਕੇ ਅੱਜ ਜਿੱਥੇ ਨਤਮਸਤਕ ਹੋਏ ਹਾਂ ਉੱਥੇ ਨਾਲ ਹੀ ਪੁਰਾਤਨ ਵਿਭਾਗ ਵੱਲੋਂ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਾਨੂੰ ਉੱਥੇ ਜਿਹੜੀ ਡਿਵੈਲਪਮੈਂਟ ਵਾਸਤੇ ਪੈਸੇ ਮਿਲੇ ਨੇ ਪਾਰਕ ਬਣਾਉਣ ਦਾ, ਔਰ ਉੱਥੇ ਦੀ ਜਿਹੜੀ ਡਿਵੈਲਪਮੈਂਟ ਦਾ ਸਾਨੂੰ ਪੈਸਾ ਮਿਲਿਆ ਅੱਜ ਉਹਦਾ ਵੀ ਅਸੀਂ ਉਦਘਾਟਨ ਕੀਤਾ। ਸੋ ਮੈਂ ਹਲਕਾ ਸ਼੍ਰੀ ਹਰਗੋਬਿੰਦਪੁਰ ਵੱਲੋਂ ਸਮੁੱਚੇ ਸਾਧ ਸੰਗਤ ਵੱਲੋਂ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਸਾਡੀ ਮੰਗ ਨੂੰ ਬਹੁਤ ਜਲਦ ਪੂਰਾ ਕਰਕੇ ਸਾਨੂੰ ਅੱਜ ਸਮਰਪਿਤ ਸਾਨੂੰ ਪੈਸੇ ਦਿੱਤੇ ਨੇ। ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉਹਦੇ ਨਾਲ ਅੱਜ ਅਸੀਂ ਜਿਹੜਾ ਇੱਥੇ ਘੁਮਾਣਾ 'ਚ ਕੈਂਸਰ ਦਾ ਕੰਮ ਰੋਕੋ ਕੈਂਸਰ ਜਿਹੜਾ ਟਰੱਸਟ ਵੱਲੋਂ ਲਾਇਆ ਜਾ ਰਿਹਾ, ਜਿਹਦੇ ਵਿੱਚ ਅੱਜ ਸੈਂਕੜੇ ਦੇ ਕਰੀਬ ਜਿਹੜੇ ਸਾਡੇ ਹੈਗੇ ਸੀ ਮਰੀਜ਼, ਉਹਨਾਂ ਨੇ ਚੈੱਕਅਪ ਕਰਵਾਇਆ। ਮੈਂ ਉਹਨਾਂ ਦੇ ਚੇਅਰਮੈਨ ਅੱਜ ਜਿਹੜੇ ਸਾਡੇ ਕੋਲ ਚਾਵਲਾ ਸਾਹਿਬ ਆਏ ਨੇ, ਉਹਨਾਂ ਦੇ ਸਾਰੇ ਸਾਥੀ, ਅੱਜ ਉਹਨਾਂ ਦਾ ਜਨਮ ਦਿਨ ਵੀ ਆ। ਮੈਂ ਉਹਨਾਂ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਵੀ ਦੇਣਾ। ਪਰਮਾਤਮਾ ਗਾੜੀ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੀ, ਇਹਨਾਂ ਦੇ ਹੋਰ ਦਿਨ ਦੁੱਗਣੀ ਅਤੇ ਰਾਤ ਦੁੱਗਣੀ ਇਹ ਤਰੱਕੀ ਕਰਨ, ਔਰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰ ਸਕਣ। ਸੋ ਸਾਡੇ ਜਤਿੰਦਰ ਜੀ NRI ਵੀਰ ਧਾਲੀਵਾਲ ਸਾਹਿਬ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਜਿਹੜਾ ਕੈਂਪ ਅੱਜ ਚੱਲ ਰਿਹਾ। ਸੋ ਮੈਂ ਫਿਰ ਅਖੀਰ ਵਿੱਚ ਆਪਣੇ ਇਲਾਕੇ ਦੇ ਪੰਚ, ਸਰਪੰਚ, ਲੰਬੜਦਾਰ, ਬਲਾਕ ਸਮਿਤੀ, ਜ਼ਿਲ੍ਹਾ ਪਰਿਸ਼ਦ ਮੈਂਬਰ